ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ। ਤੁਹਾਨੂੰ ਪਤਾ ਵਾ ਦਿੱਲੀ ਅੰਦੋਲਨ 2 ਚੱਲ ਰਿਹਾ ਹੈਗਾ ਔਰ ਕੱਲ੍ਹ ਅਸੀਂ 31 ਅਗਸਤ ਨੂੰ 200 ਦਿਨ ਇਸ ਮੋਰਚੇ 'ਤੇ ਪੂਰੇ ਹੋਣ 'ਤੇ ਸਾਰਿਆਂ ਮੋਰਚਿਆਂ ਦੇ ਉੱਤੇ ਲੱਖਾਂ ਦੇ ਇਕੱਠ ਕਰ ਰਹੇ ਹੈਗਾ ਔਰ ਸਾਡਾ ਅੰਦੋਲਨ ਮੋਦੀ ਸਰਕਾਰ ਦੇ ਖਿਲਾਫ ਸਿੱਧ 'ਤੇ ਆ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇਨਸਾਫ ਦੇਣ ਲਈ ਇਹ ਅੱਗੇ ਵੱਧ ਰਿਹਾ ਹੈਗਾ। ਤੋ ਜਿਵੇਂ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦਾ ਦੁਰਉਪਯੋਗ ਕਰਦੀ ਹੈਗੀ ਆ, ਉਹਨਾਂ ਨੇ ਅੱਜ ਜਿਹੜਾ ਵਾ ਸਾਡੇ ਕ੍ਰਾਂਤੀਕਾਰੀ ਯੂਨੀਅਨ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ NIA ਨੇ 6 ਵਜੇ ਛਾਪਾ ਮਾਰਿਆ ਔਰ ਅਸੀਂ ਜਦੋਂ ਤੱਕ ਬੋਲ ਰਹੇ ਹਜੇ ਵੀ ਘਰ ਨੂੰ ਘੇਰਾ ਪਾਇਆ ਹੈਗਾ। ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਤੀ ਹਰਪਿੰਦਰ ਸਿੰਘ, ਉਹਨਾਂ ਦਾ ਬੇਟਾ ਸ਼ਹਿਬਾਜ਼, ਉਹਨਾਂ ਦੀ ਨੂੰਹ ਸੁਮਨਪ੍ਰੀਤ ਔਰ ਉਹਨਾਂ ਦੀ ਮਾਤਾ ਜਿਹੜੀ 90 ਸਾਲ ਦੀ ਆ ਪਰਮਜੀਤ ਕੌਰ ਹੈਗੇ ਨੇ ਅਤੇ ਬਾਹਰੋਂ ਅੰਦਰੋਂ ਕਿਸੇ ਨੂੰ ਆਉਣ ਨਹੀਂ ਜਾਣ ਦਿੱਤਾ ਜਾਂਦਾ। ਕ੍ਰਾਂਤੀਕਾਰੀਆਂ ਦੇ ਅਤੇ ਹੋਰਨਾਂ ਜਥੇਬੰਦੀਆਂ ਦੇ ਵਰਕਰ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਅੱਗੇ ਧਰਨਾ ਦਿੱਤਾ ਹੋਇਆ। ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਆ ਔਰ ਹੋਰ ਵੀ ਪੰਜਾਬ ਦੇ ਲੋਕ ਪੱਖੀ ਵਕੀਲਾਂ 'ਤੇ ਛਾਪੇਮਾਰੀ ਹੋਈ ਆ? ਕਿਉਂਕਿ ਇਹ ਟਾਈਮਿੰਗ ਤੁਸੀਂ ਦੇਖੋ, ਇਹ ਟਾਈਮਿੰਗ ਉਸ ਵੇਲੇ ਆ ਜਦੋਂ ਮੋਰਚਾ ਅੱਗੇ ਚੱਲ ਰਿਹਾ ਵੀ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ ਔਰ ਪਹਿਲਾਂ ਤੁਹਾਨੂੰ ਪਤਾ ਵੀ ਸਾਡੇ ਖਿਲਾਫ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ, ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾ ਸਕੂਗਾ। ਉਹਨਾਂ ਦੇ ਘਰ ਵਾਲਾ ਜਿਨ੍ਹਾਂ ਦੇ ਪਹਿਲਾਂ ਕੇਂਦਰ ਨੇ UAPA ਲਾਇਆ ਸੀਗਾ ਉਹਦੇ ਤੋਂ ਅਦਾਲਤ 'ਚੋਂ ਬਰੀ ਹੋ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਆਪਣੇ ਘਰ ਵਿੱਚ ਰਹਿੰਦੇ ਹੈਗੇ ਨੇ। ਤੋ ਇਸ ਕਰਕੇ ਇਹ ਟਾਈਮਿੰਗ ਇਹ ਚੁਣੀ ਗਈ ਆ ਵੀ ਅਸੀਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਹਾਂ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕੇ ਉਨੀ ਘੱਟ ਆ। ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ ਮਸ਼ਵਰਾ ਕਰਨਗੇ ਔਰ ਕੇਂਦਰ ਨੂੰ ਇਹਦਾ ਜਵਾਬ ਦੇਣਗੇ ਔਰ ਅਸੀਂ NIA ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਹੈਗੇ। NIA ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਤੋਂ ਹਟਾ ਨਹੀਂ ਸਕਦੇ। ਕੇਂਦਰ ਜਿੰਨਾ ਮਰਜ਼ੀ ਜਬਰ ਕਰ ਲਏ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਧੰਨਵਾਦ। ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ। ਤੁਹਾਨੂੰ ਪਤਾ ਵਾ ਦਿੱਲੀ ਅੰਦੋਲਨ 2 ਚੱਲ ਰਿਹਾ ਹੈਗਾ ਔਰ ਕੱਲ੍ਹ ਅਸੀਂ 31 ਅਗਸਤ ਨੂੰ 200 ਦਿਨ ਇਸ ਮੋਰਚੇ 'ਤੇ ਪੂਰੇ ਹੋਣ 'ਤੇ ਸਾਰਿਆਂ ਮੋਰਚਿਆਂ ਦੇ ਉੱਤੇ ਲੱਖਾਂ ਦੇ ਇਕੱਠ ਕਰ ਰਹੇ ਹੈਗਾ ਔਰ ਸਾਡਾ ਅੰਦੋਲਨ ਮੋਦੀ ਸਰਕਾਰ ਦੇ ਖਿਲਾਫ ਸਿੱਧ 'ਤੇ ਆ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇਨਸਾਫ ਦੇਣ ਲਈ ਇਹ ਅੱਗੇ ਵੱਧ ਰਿਹਾ ਹੈਗਾ। ਤੋ ਜਿਵੇਂ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦਾ ਦੁਰਉਪਯੋਗ ਕਰਦੀ ਹੈਗੀ ਆ, ਉਹਨਾਂ ਨੇ ਅੱਜ ਜਿਹੜਾ ਵਾ ਸਾਡੇ ਕ੍ਰਾਂਤੀਕਾਰੀ ਯੂਨੀਅਨ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ NIA ਨੇ 6 ਵਜੇ ਛਾਪਾ ਮਾਰਿਆ ਔਰ ਅਸੀਂ ਜਦੋਂ ਤੱਕ ਬੋਲ ਰਹੇ ਹਜੇ ਵੀ ਘਰ ਨੂੰ ਘੇਰਾ ਪਾਇਆ ਹੈਗਾ। ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਤੀ ਹਰਪਿੰਦਰ ਸਿੰਘ, ਉਹਨਾਂ ਦਾ ਬੇਟਾ ਸ਼ਹਿਬਾਜ਼, ਉਹਨਾਂ ਦੀ ਨੂੰਹ ਸੁਮਨਪ੍ਰੀਤ ਔਰ ਉਹਨਾਂ ਦੀ ਮਾਤਾ ਜਿਹੜੀ 90 ਸਾਲ ਦੀ ਆ ਪਰਮਜੀਤ ਕੌਰ ਹੈਗੇ ਨੇ ਅਤੇ ਬਾਹਰੋਂ ਅੰਦਰੋਂ ਕਿਸੇ ਨੂੰ ਆਉਣ ਨਹੀਂ ਜਾਣ ਦਿੱਤਾ ਜਾਂਦਾ। ਕ੍ਰਾਂਤੀਕਾਰੀਆਂ ਦੇ ਅਤੇ ਹੋਰਨਾਂ ਜਥੇਬੰਦੀਆਂ ਦੇ ਵਰਕਰ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਅੱਗੇ ਧਰਨਾ ਦਿੱਤਾ ਹੋਇਆ। ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਆ ਔਰ ਹੋਰ ਵੀ ਪੰਜਾਬ ਦੇ ਲੋਕ ਪੱਖੀ ਵਕੀਲਾਂ 'ਤੇ ਛਾਪੇਮਾਰੀ ਹੋਈ ਆ? ਕਿਉਂਕਿ
ਇਹ ਟਾਈਮਿੰਗ ਤੁਸੀਂ ਦੇਖੋ, ਇਹ ਟਾਈਮਿੰਗ ਉਸ ਵੇਲੇ ਆ ਜਦੋਂ ਮੋਰਚਾ ਅੱਗੇ ਚੱਲ ਰਿਹਾ ਵੀ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ। ਔਰ ਪਹਿਲੋਂ ਤੁਹਾਨੂੰ ਪਤਾ ਵੀ ਸਾਡੇ ਖਿਲਾਫ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ, ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾ ਸਕੂਗਾ। ਉਹਨਾਂ ਦੇ ਘਰ ਵਾਲਾ ਜਿਨ੍ਹਾਂ ਦੇ ਪਹਿਲੋਂ ਕੇਂਦਰ ਨੇ UAPA ਲਾਇਆ ਸੀਗਾ ਉਹਦੇ ਤੋਂ ਅਦਾਲਤ 'ਚੋਂ ਬਰੀ ਹੋ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਆਪਣੇ ਘਰ ਵਿੱਚ ਰਹਿੰਦੇ ਹੈਗੇ ਨੇ। ਤੋ ਇਸ ਕਰਕੇ ਇਹ ਟਾਈਮਿੰਗ ਇਹ ਚੁਣੀ ਗਈ ਆ ਵੀ ਅਸੀਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਹਾਂ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕੇ ਉਨੀ ਘੱਟ ਆ। ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ ਮਸ਼ਵਰਾ ਕਰਨਗੇ ਔਰ ਕੇਂਦਰ ਨੂੰ ਇਹਦਾ ਜਵਾਬ ਦੇਣਗੇ। ਔਰ ਅਸੀਂ NIA ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਹੈਗੇ। NIA ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਤੋਂ ਹਟਾ ਨਹੀਂ ਸਕਦੇ। ਕੇਂਦਰ ਜਿੰਨਾ ਮਰਜ਼ੀ ਜ਼ਬਰ ਕਰ ਲਏ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਧੰਨਵਾਦ।